ਜ਼ਿਆਦਾ ਖੁਸ਼ੀ ਆ ਵੀ ਮੈਂ ਸਾਂਭ ਨਹੀਂ ਸਕਦੀ ਆਪਣਾ ਆਪ, ਜਿੰਨੀ ਹੈ ਮੇਰਾ ਬੋਨੀ ਬੱਚਾ ਲੈ ਕੇ ਆਇਆ ਵੀ ਮੈਂ ਹਰ ਵਾਰ ਇਹਦੇ ਨਾਲ ਆ, ਇਹ ਮੇਰਾ ਬੱਚਾ। ਚਲੋ ਜਿਹੜਾ ਸੰਧੂ ਸਾਹਿਬ ਬਾਬਾ ਵੀ ਮੇਰਾ ਬੱਚਾ, ਬੜੇ ਚਾਅ ਨਾਲ ਇਹ ਤਮਾਮ ਟੀਂਡਿਆਂ ਦੀ ਸਬਜ਼ੀ, ਦਾਲ ਬੇਟਾ, ਦਹੀਂ, ਖੀਰ, ਸਲਾਦ। ਕਿੰਨੀ ਖੁਸ਼ ਹੋ ਕੇ ਖਾਧੀ ਹੈ? ਹਾਂ, ਖੁਸ਼ ਹੋ ਕੇ ਖਾਧੀ ਮੇਰੇ ਬੱਚਿਆਂ ਨੇ, ਮੈਂ ਗਾਂ ਵੀ ਇਸ ਤਰ੍ਹਾਂ ਖੁਸ਼ ਹੋ ਕੇ ਖਵਾਵਾਂਗੀ। ਤੁਹਾਡੀ ਟੀਂਡਿਆਂ ਦੀ ਸਬਜ਼ੀ ਉਹ ਸੰਧੂ ਸਾਹਿਬ ਨੇ ਬੜੀ ਕਿਹਾ ਵੀ ਬੜੀ ਸਵਾਦ ਬਣੀ, ਕਿੰਨੀ ਖੁਸ਼ੀ ਹੈ? ਬਹੁਤ ਖੁਸ਼ੀ ਆ। ਕਦੋਂ ਕਦੇ ਬਣਾਉਣ ਡੇ? ਸਵੇਰ ਤੋਂ ਸਵੇਰ ਦੇ 8 ਵਜੇ ਦੇ ਡੇ, ਸਵੇਰ ਦੀ 8 ਵਜੇ ਦੀ ਨਾ ਡੇ ਹਾਂ। ਪਤਾ ਇਹਨਾਂ ਨੂੰ ਸਾਰਿਆਂ ਨੇ ਵੀ ਕੱਟ ਕਟਈਆ ਕਰਨ ਡੇ ਇਹ, ਅਤੇ ਇਹ ਗੁਰੂ ਦਾ ਲੰਗਰ ਸੀ ਮੇਰੇ ਘਰੋਂ, ਗਰੀਬਣੀ ਦੇ ਘਰੋਂ ਖਾ ਕੇ ਗਏ ਆ। ਅਸੀਂ ਸਵਰਗੀਏ ਗੋਪਾਲ ਜੀ ਦੇ ਘਰ ਦੁਪਹਿਰ ਦਾ ਖਾਣਾ ਖਾਣ ਆਏ ਹਾਂ, ਅਤੇ ਬੀਜੀ ਹੁਣਾਂ ਨੇ ਸਾਨੂੰ ਬੜੇ ਪਿਆਰ ਅਤੇ ਸਤਿਕਾਰ ਨਾਲ ਘਰ ਆਪ ਖਾਣਾ ਬਣਾ ਕੇ ਇੱਥੋਂ ਦੇ ਟੀਂਡੇ, ਦਾਲ, ਰੋਟੀ, ਦਹੀਂ ਦਾ ਅਸੀਂ ਪ੍ਰਸ਼ਾਦ ਖਾਧਾ ਆ ਇਹਨਾਂ ਦੇ, ਅਤੇ ਸਾਡੇ ਲਈ ਇਹ ਇੱਕ ਤਰ੍ਹਾਂ ਦੀਆਂ ਬਲੈਸਿੰਗ ਨੇ, ਅਤੇ ਬੜੀ ਖੁਸ਼ੀ ਹੋਈ ਆ ਕਿ ਜਿੰਨੇ ਪਿਆਰ ਦੇ ਨਾਲ ਇਹਨਾਂ ਨੇ ਖਵਾਇਆ ਆ। ਅਤੇ ਮੇਰਾ ਛੋਟਾ ਭਰਾ ਬੋਨੀ, ਉਹਨੂੰ ਮੈਂ ਇਹੋ ਹੀ ਕਿਹਾ ਸੀਗਾ ਕਿ ਆਪਾਂ ਦਲਿਤ ਭਾਈਚਾਰੇ ਦੇ ਘਰ ਆਰਾਮ ਨਾਲ ਬੈਠ ਕੇ ਰੋਟੀ ਖਾਈਏ, ਅਤੇ ਬੀਜੀ ਹੁਣਾਂ ਨੇ ਜਿਹੜਾ ਨਾਲ ਪਿਆਰ ਦਿੱਤਾ ਆ ਉਹ ਜ਼ਿੰਦਗੀ ਭਰ ਸਾਨੂੰ ਯਾਦ ਆ। ਅਤੇ ਜੋ ਵੀ ਸਕੀਮਾਂ ਸੈਂਟਰ ਦੀਆਂ ਔਰ ਖਾਸ ਤੌਰ 'ਤੇ ਪ੍ਰਧਾਨ ਮੰਤਰੀ ਮੋਦੀ ਜੀ ਦੀਆਂ ਭਾਈਚਾਰੇ ਦੀ ਹੈਗੀਆਂ ਨੇ, ਉਹ ਵਿੱਚੋਂ ਜਿਹੜੇ ਵੀ ਖਾਂਦੇ ਨੇ ਉਹ ਕੰਮ ਨਹੀਂ ਅਸੀਂ ਹੋਣ ਦੇਣਾ। ਅਤੇ ਇੱਕ ਵਾਰੀ ਮੈਂਬਰ ਆਫ ਪਾਰਲੀਮੈਂਟ ਬਣਿਆ ਮੈਂ ਇੱਥੋਂ, ਅਤੇ ਪੂਰਾ ਜਿਹੜੀ ਮੋਦੀ ਸਾਹਿਬ ਦੀ ਗਰੰਟੀ ਆ ਉਹ ਸਾਰੇ ਨਾਰੇ ਨੂੰ ਅਤੇ ਖਾਸ ਤੌਰ 'ਤੇ ਭਾਈਚਾਰੇ ਨੂੰ ਸਹੀ ਪਹੁੰਚੇ, ਜਿਹੜਾ ਉਹਨਾਂ ਦਾ ਹੱਕ ਹੈਗਾ ਉਹ ਅਸੀਂ ਪੂਰਾ ਕਰਾਉਣਾ ਆ।